ਹਮਲਾ ਕਰਨ ਆਏ ਬਦਮਾਸ਼ ਦੇ ਨਾਲ ਮਾੜੀ ਹੋ ਗਈ। ਹਮਲਾ ਕਰਨ ਵੇਲੇ ਪਿਸਤੌਲ ਹੀ ਅੜ ਗਈ, ਚੱਲ ਹੀ ਨਹੀਂ ਸਕਿਆ ਅਸਲਾ। ਜਿਸ ਤੋਂ ਬਾਅਦ ਦੇਖੋ ਕਿਵੇਂ ਘਬਰਾ ਜਾਂਦਾ ਇਹ ਬਦਮਾਸ਼, ਕਿਉਂਕਿ ਆਲੇ ਦੁਆਲੇ ਇੰਨੀ ਭੀੜ ਹੁੰਦੀ ਹੈ ਕਿ ਜਿਹੜੀ ਇਸ ਨੂੰ ਫੜ ਕੇ ਕਾਬੂ ਵੀ ਕਰ ਸਕਦੀ ਸੀ ਤੇ ਮੌਕੇ ਤੇ ਬਣਦੀ ਸਜ਼ਾ ਵੀ ਦੇ ਸਕਦੀ ਸੀ, ਪਰ ਇਸ ਦੀ ਕਿਸਮਤ ਚੰਗੀ ਸੀ, ਭੱਜ ਨਿਕਲਿਆ। ਦੂਜੀ ਵਾਰ ਆਪਣੀ ਸਾਥੀ ਦੇ ਨਾਲ ਆਇਆ, ਮੈਡੀਕਲ ਸ਼ਾਪ ਦੇ ਨਾਲ ਦੀ ਦੁਕਾਨ ਤੇ ਫਿਰ ਚਾਰ ਫਾਇਰ ਮਾਰ ਗਿਆ ਏ। ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ, ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਵੇਂ ਇਹ ਬਦਮਾਸ਼ ਜਿਹੜਾ ਕਿ ਪਹਿਲਾਂ ਆਉਂਦਾ ਏ, ਹੱਥ ਦੇ ਵਿੱਚ ਇਹਨੇ ਅਸਲਾ ਫੜਿਆ, ਇਸ ਦਾ ਅਸਲਾ ਨਹੀਂ ਚੱਲਿਆ, ਬਾਅਦ ਦੇ ਵਿੱਚ ਇਹ ਮੋਟਰਸਾਈਕਲ ਤੇ ਬੈਠ ਕੇ ਆਇਆ ਅਤੇ ਚਾਰ ਰੌਂਦ ਫਾਇਰ ਕਰ ਗਿਆ ਏ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਾਨਸਾ ਦੀਆਂ, ਜਿੱਥੇ ਮੈਡੀਕਲ ਸਟੋਰ ਤੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ ਨੇ, ਚਾਰ ਰੌਂਦ ਫਾਇਰ ਕੀਤੇ ਗਏ ਨੇ, ਜਿਸ ਕਰਕੇ ਮੈਡੀਕਲ ਸਟੋਰ ਦਾ ਜਿਹੜਾ ਸ਼ੀਸ਼ਾ ਏ ਉਹ ਕਾਫੀ ਨੁਕਸਾਨਿਆ ਗਿਆ, ਟੁੱਟਿਆ ਗਿਆ ਏ। ਤਾਂ ਦੋ ਦੁਕਾਨਾਂ ਤੇ ਹਮਲਾ ਕਰਨ ਆਏ ਸੀ, ਪਰ ਇੱਕ ਦੁਕਾਨ ਤੇ ਜਦੋਂ ਫਾਇਰ ਕਰਨ ਲੱਗਿਆ ਉਸ ਤੋਂ ਇਸਦਾ ਅਸਲਾ ਹੀ ਅੜ ਗਿਆ। ਪਰ ਦੇਖ ਸਕਦੇ ਹੋ ਕਿ ਕਿਵੇਂ ਭੱਜ ਨਿਕਲਿਆ ਇੰਨੀ ਭੀੜ ਦੇ ਵਿੱਚੋਂ, ਮੁੜ ਫੇਰ ਆਇਆ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਅਤੇ ਗੋਲੀਆਂ ਚਲਾ ਗਿਆ। ਤਾਂ ਦੁਕਾਨ ਤੇ ਪਿਸਟਲ ਨਹੀਂ ਚੱਲੀ ਤਾਂ ਮੈਡੀਕਲ ਸਟੋਰ ਤੇ ਚਲਾ ਗਿਆ ਏ, ਚਾਰ ਫਾਇਰ ਕਰਕੇ ਸ਼ੀਸ਼ਾ ਭੰਨ ਗਿਆ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਦੀਆਂ, ਜਿੱਥੇ ਵਾਰਦਾਤ ਹੋਈ ਹੈ, ਜਿੱਥੇ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੱਸਿਆ ਜਾ ਰਿਹਾ ਏ। ਹਮਲਾ ਕਰਨ ਆਏ ਬਦਮਾਸ਼ ਦੇ ਨਾਲ ਮਾੜੀ ਹੋ ਗਈ, ਹਮਲਾ ਕਰਨ ਵੇਲੇ ਪਿਸਤੌਲ ਹੀ ਅੜ ਗਈ, ਚੱਲ ਹੀ ਨਹੀਂ ਸਕਿਆ ਅਸਲਾ। ਜਿਸ ਤੋਂ ਬਾਅਦ ਦੇਖੋ ਕਿਵੇਂ ਘਬਰਾ ਜਾਂਦਾ ਇਹ ਬਦਮਾਸ਼, ਕਿਉਂਕਿ ਆਲੇ ਦੁਆਲੇ ਇੰਨੀ ਭੀੜ ਹੁੰਦੀ ਹੈ ਕਿ ਜਿਹੜੀ ਇਸ ਨੂੰ ਫੜ ਕੇ ਕਾਬੂ ਵੀ ਕਰ ਸਕਦੀ ਸੀ ਤੇ ਮੌਕੇ ਤੇ ਬਣਦੀ ਸਜ਼ਾ ਵੀ ਦੇ ਸਕਦੀ ਸੀ, ਪਰ ਇਸ ਦੀ ਕਿਸਮਤ ਚੰਗੀ ਸੀ, ਭੱਜ ਨਿਕਲਿਆ। ਦੂਜੀ ਵਾਰ ਆਪਣੀ ਸਾਥੀ ਦੇ ਨਾਲ ਆਇਆ, ਮੈਡੀਕਲ ਸ਼ਾਪ ਦੇ ਨਾਲ ਦੀ ਦੁਕਾਨ ਤੇ ਫਿਰ ਚਾਰ ਫਾਇਰ ਮਾਰ ਗਿਆ ਏ। ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ, ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਵੇਂ ਇਹ ਬਦਮਾਸ਼ ਜਿਹੜਾ ਕਿ ਪਹਿਲਾਂ ਆਉਂਦਾ ਏ, ਹੱਥ ਦੇ ਵਿੱਚ ਇਹਨੇ ਅਸਲਾ ਫੜਿਆ, ਇਸ ਦਾ ਅਸਲਾ ਨਹੀਂ ਚੱਲਿਆ, ਬਾਅਦ ਦੇ ਵਿੱਚ ਇਹ ਮੋਟਰਸਾਈਕਲ ਤੇ ਬੈਠ ਕੇ ਆਇਆ ਅਤੇ ਚਾਰ ਰੌਂਦ ਫਾਇਰ ਕਰ ਗਿਆ ਏ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਾਨਸਾ ਦੀਆਂ, ਜਿੱਥੇ ਮੈਡੀਕਲ ਸਟੋਰ ਤੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ ਨੇ, ਚਾਰ ਰੌਂਦ ਫਾਇਰ ਕੀਤੇ ਗਏ ਨੇ, ਜਿਸ ਕਰਕੇ ਮੈਡੀਕਲ ਸਟੋਰ ਦਾ ਜਿਹੜਾ ਸ਼ੀਸ਼ਾ ਏ ਉਹ ਕਾਫੀ ਨੁਕਸਾਨਿਆ ਗਿਆ, ਟੁੱਟਿਆ ਗਿਆ ਏ। ਤਾਂ ਦੋ ਦੁਕਾਨਾਂ ਤੇ ਹਮਲਾ ਕਰਨ ਆਏ ਸੀ, ਪਰ ਇੱਕ ਦੁਕਾਨ ਤੇ ਜਦੋਂ ਫਾਇਰ ਕਰਨ ਲੱਗਿਆ ਉਸ ਤੋਂ ਇਸਦਾ ਅਸਲਾ ਹੀ ਅੜ ਗਿਆ। ਪਰ ਦੇਖ ਸਕਦੇ ਹੋ ਕਿ ਕਿਵੇਂ ਭੱਜ ਨਿਕਲਿਆ ਇੰਨੀ ਭੀੜ ਦੇ ਵਿੱਚੋਂ, ਮੁੜ ਫੇਰ ਆਇਆ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਅਤੇ ਗੋਲੀਆਂ ਚਲਾ ਗਿਆ। ਤਾਂ ਦੁਕਾਨ ਤੇ ਪਿਸਟਲ ਨਹੀਂ ਚੱਲੀ ਤਾਂ ਮੈਡੀਕਲ ਸਟੋਰ ਤੇ ਚਲਾ ਗਿਆ ਏ, ਚਾਰ ਫਾਇਰ ਕਰਕੇ ਸ਼ੀਸ਼ਾ ਭੰਨ ਗਿਆ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਦੀਆਂ, ਜਿੱਥੇ ਵਾਰਦਾਤ ਹੋਈ ਹੈ, ਜਿੱਥੇ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੱਸਿਆ ਜਾ ਰਿਹਾ ਏ।